ਲੁਧਿਆਣਾ ਦੇ ਫੀਲਡਗੰਜ ਸਥਿਤ ਗੁਰਦੁਆਰਾ ਭਾਈ ਚੇਤਰਾਮ ਵਿਖੇ ਸਮੁੱਚੀ ਮੈਨੇਜਮੈਂਟ ਕਮੇਟੀ ਵੱਲੋਂ 8ਵਾਂ ਵਿਸ਼ਾਲ ਗੁਰਮਤਿ ਕੈਂਪ ਲਗਾਇਆ ਗਿਆ ਜਿਸ ਵਿੱਚ 250 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਗੁਰਬਾਣੀ ਕੈਂਪ ਦੀ ਸਮਾਪਤੀ ਮੌਕੇ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਿਚਕਾਰ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਹੌਸਲਾ ਵਧਾਊ ਇਨਾਮ ਵੀ ਤਕਸੀਮ ਕੀਤੇ ਗਏ। ਇਸ ਮੌਕੇ ਯੂਥ ਆਗੂ ਗੁਰਦੀਪ ਸਿੰਘ ਗੋਸ਼ਾ, ਗੁਰਿੰਦਰਪਾਲ ਸਿੰਘ ਪੱਪੂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਗੁਰਮਤਿ ਕੈਂਪ ਜਿੱਥੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਦੇ ਹਨ ਉੱਥੇ ਆਪਣੇ ਧਰਮ, ਵਿਰਸੇ ਅਤੇ ਇਤਿਹਾਸ ਤੋਂ ਜਾਣੂ ਵੀ ਕਰਵਾਉਂਦੇ ਹਨ। ਗੁਰਦੁਆਰਾ ਭਾਈ ਚੇਤਰਾਮ ਵਿਖੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ 8ਵਾਂ ਸਮਰ ਕੈਂਪ ਲਗਾਇਆ ਗਿਆ, ਮੈਂ ਸਮਝਦਾ ਕਿ ਬੱਚੇ ਕੌਮ ਦੀ ਜੜ੍ਹ ਹੁੰਦੇ ਆ, ਜੇ ਆਪਾਂ ਜੜ੍ਹ ਨੂੰ ਮਜ਼ਬੂਤ ਕਰ ਦਿਆਂਗੇ ਤਾਂ ਸਾਡੇ ਆਉਣ ਵਾਲਾ ਜਿਹੜਾ ਭਵਿੱਖ ਆ ਬਹੁਤ ਚੜ੍ਹਦੀ ਕਲਾ ਰਹੇਗਾ। ਅਤੇ ਇਸੇ ਤਰੀਕੇ ਦੇ ਨਾਲ ਜੇ 200 ਤੋਂ 250 ਦੇ ਕਰੀਬ ਬੱਚਿਆਂ ਨੇ ਜਿਹੜਾ 10 ਦਿਨ ਦਾ ਲਗਾਤਾਰ ਸਮਰ ਕੈਂਪ 'ਚ ਭਾਗ ਲਿਆ ਜਿਹਦੇ ਵਿੱਚ ਗੁਰਬਾਣੀ ਕੰਠ ਮੁਕਾਬਲੇ ਕੀਤੇ ਗਏ। ਮੈਂ ਇਸ ਕਮੇਟੀ ਦੀ ਬੜੀ ਪ੍ਰਸ਼ੰਸਾ ਕਰਦਾ ਵੀ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ 8 ਸਾਲ ਤੋਂ ਲਗਾਤਾਰ ਇਹ ਸੇਵਾ ਨਿਭਾ ਰਿਹਾ ਅਤੇ ਉਮੀਦ ਕਰਦਾ ਇੱਦਾਂ ਹੀ ਬੱਚੇ ਚੜ੍ਹਦੀ ਕਲਾ ਦੇ ਵਿੱਚ ਜਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਸਿਖਾਏ ਰਸਤੇ ਸੀ ਦਸਮ ਪਾਤਸ਼ਾਹ ਦੇ ਜਿਹੜੇ ਸਿਖਾਏ ਰਸਤੇ ਉੱਤੇ ਚੱਲ ਕੇ ਪੂਨੇ 'ਤੇ ਚੱਲ ਕੇ ਸਮਾਜ ਦੀ ਸੇਵਾ ਕਰਨੀ। ਮੈਂ ਗੁਰਿੰਦਰਪਾਲ ਸਿੰਘ ਪੱਪੂ, ਚੇਅਰਮੈਨ ਭਗਤ ਚੇਤਰਾਮ ਸੇਵਾ ਸੁਸਾਇਟੀ, ਸਾਡੇ ਗੁਰਦੁਆਰਾ ਸਾਹਿਬ ਵਿਖੇ ਪਿਛਲੇ 1 ਤਰੀਕ ਤੋਂ ਲਗਾਤਾਰ ਜਿਹੜਾ ਹੈ ਦਸ਼ਮੇਸ਼ ਅਕੈਡਮੀ ਦੀ ਮੁਖੀ ਬੀਬੀ ਬਲਜੀਤ ਕੌਰ ਅਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕਰਕੇ ਗੁਰਮਤਿ ਸਿਖਲਾਈ ਸਮਰ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ 5 ਸਾਲ ਦੇ ਬੱਚੇ ਤੋਂ ਲੈ ਕੇ 12-13 ਸਾਲ ਦੇ ਬੱਚਿਆਂ ਨੇ ਭਾਗ ਲਿਆ ਹੈ ਔਰ 250 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਹੈ। ਬੱਚਿਆਂ ਨੂੰ ਜਪਜੀ ਸਾਹਿਬ, ਮੂਲ ਮੰਤਰ, ਚੁਬਾਈ ਸਾਹਿਬ, ਪੰਜ ਪਿਆਰਿਆਂ ਦੇ ਨਾਮ, 4 ਸਾਹਿਬਜ਼ਾਦਿਆਂ ਦੇ ਨਾਮ, 10 ਗੁਰੂਆਂ ਦੇ ਨਾਮ ਅਤੇ ਹੋਰ ਜਿਹੜੀ ਜਿਹੜੀ ਬਾਣੀ ਹੈ ਉਹ ਕੰਠ ਕਰਾਈ ਜਾਂਦੀ ਹੈ। ਮੈਂ ਸਮਝਦਾ ਵਾਂ ਅੱਜ ਦੇ ਸਮੇਂ ਵਿਚ ਜਿੱਥੇ ਸਾਡੀ ਜਿਹੜੀ ਜਵਾਨੀ ਹੈ ਉਹ ਸਿੱਖੀ ਦੂਰ ਹੁੰਦੀ ਜਾ ਰਹੀ ਹੈ, ਉਸ ਨੂੰ ਸੰਭਾਲਣ ਦੇ ਵਿਚ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਲਾਹੇਵੰਦ ਹੋਵੇਗਾ। ਮੈਂ ਅੱਜ ਦੇ ਦਿਨ ਤੇ ਜਿੱਥੇ ਬੀਬੀ ਬਲਜੀਤ ਕੌਰ ਦਸ਼ਮੇਸ਼ ਅਕੈਡਮੀ ਦੀ ਮੁਖੀ ਅਤੇ ਉਨ੍ਹਾਂ ਦੀ ਸਹਿਯੋਗੀ ਸਾਥੀ ਭੈਣਾਂ ਨੂੰ ਵਧਾਈ ਦਿੰਦਾ ਵਾਂ, ਉਥੇ ਸਾਡੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸਰ ਦਵਿੰਦਰ ਸਿੰਘ ਜੀ ਕਾਲਾ, ਜਗਜੀਤ ਸਿੰਘ ਜੀ ਹੈਪੀ, ਗੁਰਦੀਪ ਸਿੰਘ ਜੀ ਪਿੰਕੀ, ਜਸਵੀਰ ਸਿੰਘ ਜੀ ਦੁਆ ਅਤੇ ਸਮੂਹ ਸਾਥੀਆਂ ਦਾ, ਵਿਸ਼ੇਸ਼ ਕਰਕੇ ਸਾਡੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਅਨੂਪ ਸਿੰਘ ਜੀ ਜਿਨ੍ਹਾਂ ਨੇ ਹਮੇਸ਼ਾ ਹੀ ਚੜ੍ਹਦੀ ਕਲਾ ਲਈ ਸੇਵਾ ਕੀਤੀ ਹੈ। ਅੱਜ ਦੇ ਦਿਨ ਤੇ ਧੰਨਵਾਦ ਕਰਦਾ ਅਤੇ ਆਸ ਕਰਦਾ ਕਿ ਪ੍ਰਮਾਤਮਾ ਇਸੇ ਤਰ੍ਹਾਂ ਇਹਨਾਂ ਸਾਰੇ ਵੀਰਾਂ ਨੂੰ, ਭੈਣਾਂ ਨੂੰ ਬਲ, ਉਦਮ, ਹਿੰਮਤ ਬਖਸ਼ੇਗਾ ਤਾਂ ਜੋ ਆਉਣ ਵਾਲੇ ਸਮੇਂ ਵਿਚ ਵੀ ਇਹ ਸਿੱਖੀ ਦੀ ਗੱਲ ਕਰਕੇ ਚੜ੍ਹਦੀ ਕਲਾ ਦਾ ਪ੍ਰਤੀਕ ਰਹਿਣਗੇ। ਮੈਂ ਫਿਰ ਦੁਬਾਰਾ ਸਾਰਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ, ਫੋਕਸ.ਪੰਜਾਬੀ, ਯੂਰ ਸਿਟੀ, ਯੂਰ ਨਿਊਜ਼।